ਜ਼ਹਿਨ ਦੇ ਵਿੱਚ ਕਾਗਾ ਕਰਨ ਟਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੋਇਓ ਬਿਰ ਦੇਖਣ ਕੀ ਆਸ ਦੀਆਂ ਸਤਰਾਂ ਜ਼ਰੂਰ ਜ਼ਹਿਨ 'ਚ ਆਉਂਦੀਆਂ ਹੋਣਗੀਆਂ। ਔਰ ਇੱਕ ਵਾਰੀ ਮੇਰੀ ਕਲਮ 'ਤੇ ਬਰਕਤ ਹੋਈ, ਇਹਨਾਂ ਫਕੀਰਾਂ ਦਾ ਨਾਮ ਨਜ਼ਮ ਦੇ ਵਿੱਚ ਆਪਣੇ ਆਪ ਆਇਆ। ਕਿਸ ਤਰ੍ਹਾਂ ਆਇਆ ਮੈਂ ਤੁਹਾਡੇ ਪੇਸ਼ੇ ਖਿਦਮਤ ਕਰਨਾ ਚਾਹੁੰਦਾ। ਕਿੰਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਜਜ਼ਬਾ ਇੱਕ ਐਸੀ ਮਾਇਨਾਜ ਬਖਸ਼ਿਸ਼ ਏ ਖੁਦਾ ਦੀ, ਜਿਹੜਾ ਕਿਸੇ ਵੀ ਦੁਕਾਨ ਤੋਂ ਨਹੀਂ ਖਰੀਦਿਆ ਜਾ ਸਕਦਾ, ਸਿਰਫ ਰਹਿਮਤ ਨਾਲ ਮਿਲ ਸਕਦਾ। ਉਸ ਚੀਜ਼ ਦਾ ਜ਼ਿਕਰ ਹੈ ਕਿ ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖਿੜੇ ਨੇ ਬਸ ਕਾਗਜ਼ਾਂ ਦੇ ਫੁੱਲ, ਤੇ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਸ਼ੇਰ ਹੈ ਜਿਹਨੇ ਸੂਫੀਆਂ ਨੂੰ ਨੱਚਣੇ ਦੇ ਰਾਸਤੇ ਦਿਖਾਏ, ਜਿਹਨੇ ਰੂਹਾਂ ਨੂੰ ਰੂਹਾਨੀ ਜਿਹੇ ਜਾਮ ਵੀ ਪਿਆਏ, ਜਿਹਨੇ ਬਿਰਖਾ ਦੇ ਬੋਲਾਂ ਨੂੰ ਲਿਬਾਸ ਪਹਿਨਾਏ। ਜਿਹਨੇ ਕਿਹਾ ਬਿਰਖਾ ਬਿਰਖਾ ਆਖੀਏ ਬਿਰਖਾ ਤੂੰ ਸੁਲਤਾਨ, ਜਿਹਨੇ ਸੂਫੀਆਂ ਨੂੰ ਨੱਚਣੇ ਦੇ ਰਾਸਤੇ ਵਿਖਾਏ, ਜਿਹਨੇ ਰੂਹਾਂ ਨੂੰ ਰੂਹਾਨੀ ਜਿਹੇ ਜਾਮ ਵੀ ਪਿੜਾਏ, ਜਿਹਨੇ ਬਿਰਖਾ ਦੇ ਬੋਲਾਂ ਨੂੰ ਲਿਬਾਸ ਪਹਿਨਾਏ। ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ, ਨੱਚਣੇ ਦੇ ਰਾਸਤੇ ਵਿਖਾਏ, ਜਿਹਨੇ ਰੂਹਾਂ ਨੂੰ ਰੂਹਾਨੀ ਜਿਹੇ ਜਾਮ ਵੀ ਪਿਆਏ, ਜਿਹਨੇ ਬਿਰਖਾ ਦੇ ਬੋਲਾਂ ਨੂੰ ਲਿਬਾਸ ਪਹਿਨਾਏ। ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ, ਉਹ ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਜਿਹਨੇ ਨਗਮੇ ਤਰਾਨਿਆਂ ਨੂੰ ਦਿੱਤੀ ਸੀ ਆਵਾਜ਼, ਜਿਹਨੇ ਰਾਗ ਨਵੇਂ ਦਿੱਤੇ ਜਿਹਨੇ ਦਿੱਤੇ ਨਵੇਂ ਸਾਜ਼, ਜਿਹਦੇ ਫਨ ਉੱਤੇ ਖੁਦ ਸਿਗਾ ਪੀਰ ਨੂੰ ਵੀ ਨਾਜ਼। ਜਿਹਨੇ ਨਗਮੇ ਤਰਾਨਿਆਂ ਨੂੰ ਦਿੱਤੀ ਸੀ ਆਵਾਜ਼, ਉਸਨੇ ਹਿੰਦੁਸਤਾਨੀ ਸੰਗੀਤ ਨੂੰ ਬਹੁਤ ਸਾਰੇ ਰਾਗ ਦਿੱਤੇ, ਨਵੇਂ ਨਵੇਂ ਸਾਜ਼ ਦਿੱਤੇ, ਸਿਤਾਰ ਤੇ ਤਬਲਾ ਉਹਨਾਂ ਦੀ ਜ਼ਿਆਦਾ ਜਿਹਨਾਂ ਦਾ ਮੈਂ ਜ਼ਿਕਰ ਕਰਨ ਲੱਗਾ। ਜਿਹਨੇ ਨਗਮੇ ਤਰਾਨਿਆਂ ਨੂੰ ਦਿੱਤੀ ਸੀ ਆਵਾਜ਼, ਜਿਹਨੇ ਰਾਗ ਨਵੇਂ ਦਿੱਤੇ ਜਿਹਨੇ ਦਿੱਤੇ ਨਵੇਂ ਸਾਜ਼, ਜਿਹਦੇ ਫਨ ਉੱਤੇ ਖੁਦ ਸਿਗਾ ਪੀਰ ਨੂੰ ਵੀ ਨਾਜ਼। ਐਸਾ ਖੁਸਰੋ ਦੇ ਵਰਗਾ ਮੁਰੀਦ ਕਿੱਥੋਂ ਲਈਏ, ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ।
ਜਿਹਨੇ ਖੌਫ ਨੂੰ ਖੁਦਾਈ ਨਾਲ ਧੋ ਲਿਆ ਨਹੀਂ ਸੀ। ਅੱਜ ਬਹੁਤ ਬਜ਼ੁਰਗ ਸ਼ਖਸੀਅਤਾਂ ਇੱਥੇ ਬੈਠੀਆਂ ਨੇ, ਔਰ ਮੈਨੂੰ ਲੱਗਦਾ ਕਿ ਮੇਰੀ ਸ਼ਾਇਰੀ ਨੂੰ ਅਸੀਸ ਮਿਲੇਗੀ ਅੱਜ, ਇਸ ਕਰਕੇ ਮੈਂ ਇਹੋ ਜਿਹੇ ਨਗਮੇ ਸੁਣਾ ਰਿਹਾ ਕਿ ਜਿਹਨੇ ਖੌਫ ਨੂੰ ਖੁਦਾਈ ਨਾਲ ਧੋ ਲਿਆ ਨਹੀਂ ਸੀ, ਜਿਹਨੇ ਹੱਕ ਤੋਂ ਇਲਾਵਾ ਕੁਛ ਬੋਲਿਆ ਨਹੀਂ ਸੀ, ਜਿਹਨੇ ਸਿਰਫ ਅਨਲ ਹੱਕ ਦਾ ਨਾਰਾ ਲਾਇਆ ਸੀ ਪਰ ਕੀ ਬਣਿਆ, ਜਿਹਨੇ ਖੌਫ ਨੂੰ ਖੁਦਾਈ ਨਾਲ ਧੋ ਲਿਆ ਨਹੀਂ ਸੀ, ਜਿਹਨੇ ਹੱਕ ਤੋਂ ਇਲਾਵਾ ਕੁਛ ਬੋਲਿਆ ਨਹੀਂ ਸੀ, ਜਿਹੜਾ ਸੂਲੀ ਉੱਤੇ ਚੜ ਕੇ ਵੀ ਡੋਲਿਆ ਨਹੀਂ ਸੀ, ਅਮਨ ਸੂਰ ਜਿਹਾ ਆਸ਼ਿਕ ਸ਼ਹੀਦ ਕਿੱਥੋਂ ਦਈਏ, ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਮੌਕਾ, ਦੱਸੋ ਅਸੀਂ ਜਲਵੇ ਖਰੀਦ ਕਿੱਥੋਂ ਲਈਏ, ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ, ਹੁਣ ਮੁੱਦਤਾਂ ਤੋਂ ਸੋਚ ਉੱਤੇ ਛਾਈ ਹੋਈ ਰਾਤ, ਆ ਕਿੱਥੋਂ ਸੂਰਜ ਲਿਆਊ ਕਿੱਦਾਂ ਕਰੂ ਪਰਵਾਤ, ਨਾਲੇ ਥੋਤੋਂ ਕਿਹੜਾ ਗੁੱਚੀ ਸਰਤਾਜ ਦੀ ਔਕਾਤ, ਹਰ ਬੰਦੇ ਦੀ ਔਕਾਤ ਹਰ ਬੰਦੇ ਨੂੰ ਪਤਾ ਹੁੰਦੀ ਹੈ, ਸਿਰਫ ਬੋਲਦੇ ਨਹੀਂ ਹੈ, ਇਸ ਕਰਕੇ ਮੈਨੂੰ ਵੀ ਆਪਣੀ ਔਕਾਤ ਪਤਾ। ਹੁਣ ਮੁੱਦਤਾਂ ਤੋਂ ਸੋਚ ਉੱਤੇ ਛਾਈ ਹੋਈ ਰਾਤ, ਕਿੱਥੋਂ ਸੂਰਜ ਲਿਆਊ ਕਿੱਦਾਂ ਕਰੂ ਪਰਵਾਤ, ਨਾਲੇ ਥੋਤੋਂ ਕਿਹੜਾ ਗੁੱਜੀ ਸਰਤਾਜ ਦੀ ਔਕਾਤ, ਅਸੀਂ ਰੋਸ਼ਨੀ ਦੇ ਆਉਣ ਦੀ ਉਮੀਦ ਕਿੱਥੋਂ ਲਈਏ, ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਮੌਕਾ, ਦੱਸੋ ਅਸੀਂ ਜਲਦੇ ਖਰੀਦ ਕਿੱਥੋਂ ਲਈਏ, ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ, ਐਸਾ ਖੁਸਰੋ ਤੇ ਬਦਗਾ ਮੁਰੀਦ ਕਿੱਥੋਂ ਲਈਏ, ਮਨਸੂਰ ਜਿਹਾ ਆਸ਼ਕ ਸ਼ਹੀਦ ਕਿੱਥੋਂ ਲਈਏ, ਅਸੀਂ ਰੋਸ਼ਨੀ ਦੇ ਆਉਣ ਦੀ ਉਮੀਦ ਕਿੱਥੋਂ ਲਈਏ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ, ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ, ਹਾਜ਼ਰੀ ਦਰ ਪ੍ਰਵਾਨ ਹੋਵੇ। ਜਦੋਂ ਬੰਦੇ ਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਆਪ ਹੋਣ ਲੱਗ ਜੇ ਤੇ ਮੇਰੇ ਖਿਆਲ ਚ ਉਹ ਜ਼ਿੰਦਗੀ ਦਾ ਸਭ ਤੋਂ ਪਵਿੱਤਰ ਦਿਨ ਹੁੰਦਾ, ਪਵਿੱਤਰ ਮੌਕਾ ਹੁੰਦਾ, ਨਹੀਂ ਤੇ ਗਫਲਤ ਚ ਸਾਰੀ ਉਮਰ ਲੰਘ ਜਾਂਦੀ ਹੈ। ਉਸ ਚੀਜ਼ ਦਾ ਇੱਕ ਨਜ਼ਰਾਨਾ ਪੇਸ਼ ਹੈ। ਜੀ ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਨੇ, ਹੁਣ ਸੋਚਦਾ ਕਿ ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਏ, ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਏ ਉਹ ਭਾਗਾਂ ਵਾਲੇ ਨੇ, ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਏ, ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਪੈਰ ਸੁੰਨ ਹੋ ਗਏ, ਹੱਥ ਪੈਰ ਸੁੰਨ ਹੋ ਗਏ, ਹੱਥ ਪੈਰ ਸੁੰਨ ਹੋ ਗਏ, ਹੁਣ ਸੋਚਦਾ ਕਿ ਉਹੀ ਭਾਗਾਂ ਵਾਲੇ ਹੋਏ, ਸੋਚਦਾ ਕਿ ਉਹੀ ਭਾਗਾਂ ਵਾਲੇ ਹੋਏ ਜਿਹਨਾਂ ਦੇ ਹੱਥੋਂ ਪੁੰਨ ਹੋ ਗਏ, ਹੁਣ
हाथ पैर सुन हो गए हाय हाथ पैर सुन हो गए हो कदी रूहां उत्ते सट नहीं ओ मारी दी के एहो बख्शाई जानी नहीं अबद सीसा वाली पंड पारी हो गई ता मित्रा उठाई जानी नहीं जिंदगी च कोशिश करियो कदी भी बददुआ ना लियो किसी दी वो पंड बड़ी पारी है हो कदी रूहां उत्ते सट नहीं ओ मारी दी के एहो बख्शाई जानी नहीं अबद सीसा वाली पंड पारी हो गई ता मित्रो उठाई जानी नहीं ए जमीर वाली गठड़ी भी पाट जू आ जमीर वाली गठड़ी भी पाट जू जे ज्यादा लीड़े तुन हो गए अज पता लगा अपने गुनाहां दा ता हाथ पैर सुन हो गए हाथ पैर सुन हो गए हाथ पैर सुन हो गए जी हुण सोचदा के ओही पागा वाले होए सोचदा के ओही पागा वाले होए जिन्हां दे हथों पुन्न हो गए अज पता लगा अपने गुनाहां दा ता हाथ पैर सुन हो गए हाथ पैर सुन हो गए हो हो इथे माण वाली दस केड़ी चीज है तू नीवा होके चल सोनिया दस जांदा होया तू की देके जावेगा पशुता दिंदे खल सोनिया हो इथे माण वाली दस केड़ी चीज है तू नीवा होके चल सोनिया दस जांदा होया तू की देके जावेगा पशुता दिंदे खल सोनिया ट्रैवल थोड़ा आ इना जुल्फां तो इना जुल्फां तो चंगे वाल भेट दे इना जुल्फां तो चंगे वाल भेट दे जो घट्टो घट उन हो गए जदों कोई कोई शेर चंगा लगे तो दाद ली ताड़ी जरूर मार दे मैनूं लगे तुहानूं चंगा लग रहा ता ही साईयां ने खुश होना हो इत्थे माण वाली दस केड़ी चीज है तू नीवा होके चल सोनिया दस जांदा होया तू की देके जावेगा पशुता दिंदे खल सोनिया एना जुल्फां तो चंगे वाल भेड़ दे ओए इना जुल्फां तो चंगे वाल भेट दे जो घट्टो घट उन हो गए अज पता लगा अपने गुनाहां दा तां हाथ पैर सुन हो गए हाथ पैर सुन हो गए हाथ पैर सुन हो गए हुण सोचदा के ओही पागा वाले होए अज सोचदा मैं ओही पागा वाले होए जिन्हां दे हथों पुन्न हो गए